ਸਾਰੀ ਹੋਤੇ ਮੁੱਕਦੀ ਹੈ, ਮੂੰਹ ਬੰਦ ਕਰੇ ਜਦ ਬੁੱਕਦੀ ਹੈ ਉਹੀ ਸ਼ੈ ਸਾਡੇ ਕੋਲ, ਕੁੜੇ ਜੀ ਦੇ ਮੂਹਰੇ ਦੁਨੀਆਂ ਝੁਕਦੀ ਹੈ। ਉਹ ਕਹਿੰਦਾ ਉਹੀ ਸ਼ੈ ਸਾਡੇ ਕੋਲ ਹੈ ਜਿੱਤੇ ਦੁਨੀਆਂ ਝੁਕਦੀ ਹੈ। ਯਾਰ ਭਾਈ ਇਗਜ਼ੈਂਪਲ ਕਿੰਨੇ ਘੈਂਟ ਦੇ ਰਿਹਾ ਯਾਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ, ਆਈ ਹੋਪ ਸਾਰੇ ਠੀਕ ਠਾਕ ਹੋਗੇ। ਯਾਰ ਜੱਗੀ ਬਾਈ ਦੀ ਐਲਬਮ ਆਈ ਆ, ਸੀਰੀਅਸਲੀ ਯਾਰ ਬਹੁਤ ਘੈਂਟ ਗਾਣੇ ਆ, ਅਤੇ ਇਹਦੇ ਮੈਂ ਪਹਿਲੇ ਗਾਣੇ 'ਤੇ ਰਿਐਕਸ਼ਨ ਵੀ ਕਰ ਲਿਆ ਸੀ, ਉਹ ਮੈਂ ਇੰਸਟਾਗ੍ਰਾਮ 'ਤੇ ਕੱਢ ਕੇ ਰੀਲ ਵੀ ਪਾਤੀ, ਮਗਰ ਯੂਟਿਊਬ 'ਤੇ ਹਾਲੇ ਤੱਕ ਨਹੀਂ ਮੈਂ ਪਾ ਪਾਇਆ। ਕੋਈ ਨਾ ਕੋਈ ਡੇਲੀ ਕੋਈ ਨਵਾਂ ਗਾਣਾ ਆ ਜਾਂਦਾ ਵਾ। ਯਾਰ ਬਾਈ ਦੀ ਈਪੀ ਮੈਂ ਸੁਣ ਲਈ ਆ, ਬੜੀ ਘੈਂਟ ਆ। ਉਹਦੇ 'ਚ ਫਿਰ ਇੱਕ ਬਾਈ ਦੀ ਵੀਡੀਓ ਸੌਂਗ ਆਈ ਆ, ਮਾਈ ਵੇ, ਅਤੇ ਆਓ ਦੇਖਦੇ ਹਾਂ ਜੱਗੀ ਬਾਈ ਅਤੇ ਸਿੱਖ ਬੋਆਏ। ਅਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜ ਦੇਖੋ, ਜਿਹੜੇ ਜੱਗੀ ਬਾਈ ਨੂੰ ਪਿਆਰ ਕਰਦੇ ਵੀਡੀਓ ਨੂੰ ਸਪੋਰਟ ਕਰਿਓ, ਸ਼ੇਅਰ ਕਰਿਓ। ਬਾਈ ਦੇ ਗਾਣਿਆਂ ਦੇ ਵਿੱਚ ਬਹੁਤ ਤੱਤ ਹੁੰਦੇ ਆ, ਬਹੁਤ ਘੈਂਟ ਗੱਲਾਂ ਕਰਦਾ ਬਾਈ। ਅਤੇ ਆਓ ਬਾਕੀ ਗੱਲ ਆਪਾਂ ਬਾਅਦ 'ਚ ਕਰਾਂਗੇ, ਪਹਿਲੇ ਦੇਖਾਂਗੇ ਬਾਈ ਦਾ ਸੌਂਗ। ਓ ਬੜੀ ਟਾਈਮਿੰਗ ਸੈੱਟ ਰੱਖੀ ਪੂਰੀ। ਹੁਣ ਸਾਡੀ ਕੋਠੀ ਦਾਣੇ ਨੇ ਤਾਂ ਹੀ ਤਾਂ ਯਾਰ ਸਿਆਣੇ ਨੇ, ਉੱਥੇ ਸਾਹ ਫੁੱਲਦਾ ਬੜਿਆਂ ਦਾ ਅਸੀਂ ਜਿੱਥੇ ਤੰਬੂ ਤਾਣੇ ਨੇ। ਸਹੀ ਗੱਲ ਹੈ ਯਾਰ, ਆਹ ਗੱਲ ਬਾਈ ਨੇ ਜਿਹੜੀ ਸ਼ੁਰੂਆਤੀ ਤੌਰ 'ਤੇ ਆਖੀ ਨਾ, ਜਿੱਦਾਂ ਉਹ ਕਹਿੰਦੇ ਨੇ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਬਾਈ ਕਹਿੰਦਾ ਹੁਣ ਅਸੀਂ ਸਿਆਣੇ, ਸਾਡੀ ਕੋਠੀ 'ਚ ਦਾਣੇ। ਬਹੁਤ ਘੈਂਟ ਗੱਲ ਚੁੱਕੀ ਯਾਰ ਬਾਈ ਨੇ। ਅਸੀਂ ਤਾਂ ਉੱਠਦੀਆਂ ਛੱਲਾਂ ਨੇ, ਮੱਲਾਂ ਨੇ ਮਾਰੀਆਂ ਮੱਲਾਂ ਨੇ, ਅਸੀਂ ਅੱਗੇ ਹਾਂ ਨੀ ਬੜਿਆਂ ਤੋਂ, ਤਾਂ ਹੀ ਤਾਂ ਪਿੱਠ ਤੇ ਗੱਲਾਂ ਨੇ, ਸਾਨੂੰ ਕੱਖ ਤੋਂ ਲੱਖ ਬੜਾ ਤਾਂ ਨੀ, ਲੋਕਾਂ ਦੀਆਂ ਕਰੀਆਂ ਖੇਡਾਂ ਨੇ, ਤਾਂ ਹੀ ਤਾਂ ਦੁਨੀਆਂ ਮੱਚਦੀ ਹੈ, ਅਸੀਂ ਹੱਸੀਆਂ ਖੇਡੀਆਂ ਖੇਡਾਂ ਨੇ। ਜਮਾ ਸੱਚ ਅਸੀਂ ਲੈਵਲ ਚੈੱਕ ਕਰਾਉਣਾ ਸੀ, ਬਹਿਸਣ ਨੂੰ ਕੀ ਦਾ ਚਿੱਤ ਕਰੇ, ਮੇਰੀ ਭੈਣ ਗੇਮ ਆ ਐਦਾਂ ਦੀ ਜਿੱਦਾਂ ਪੈਂਡੈਮਿਕ ਹਿੱਟ ਕਰੇ। ਕਹਿੰਦਾ ਅਸੀਂ ਆਪਣਾ ਲੈਵਲ ਚੈੱਕ ਕਰਾਉਣਾ ਸੀ, ਨਹੀਂ ਤਾਂ ਬਈਸਨ ਦਾ ਸਾਡਾ ਜੀ ਥੋੜ੍ਹਾ ਕਰਦਾ ਵਾ। ਜਿੱਦਾਂ ਹੁੰਦਾ ਨਾ ਕਈਆਂ ਨੂੰ ਆਦਤ ਹੁੰਦੀ ਆ, ਜਾਂ ਉਹਨਾਂ ਨੂੰ ਗੱਲਾਂ ਸੁਣਨ ਦੀ ਆਦਤ ਹੁੰਦੀ ਆ, ਜਿੱਦਣ ਦੀ ਆਦਤ ਹੁੰਦੀ। ਕਹਿੰਦਾ ਸਾਡਾ ਲੈਵਲ ਵੇਖ ਲਓ ਪਹਿਲਾਂ, ਅਤੇ ਬਸ ਫਿਰ ਹੀ ਤੁਸੀਂ ਸਾਡਾ ਕੋਈ ਬਈਸਨ ਨੂੰ ਢੱਡੇ ਨਾਲ ਜੀ ਨਹੀਂ ਕਰਦਾ, ਬਸ ਲੈਵਲ ਚੈੱਕ ਕਰੋ। ਕਹਿੰਦਾ ਉਹੀ ਸ਼ੈ ਸਾਡੇ ਕੋਲ ਹੈ ਜਿੱਤੇ ਦੁਨੀਆਂ ਝੁਕਦੀ ਆ। ਯਾਰ ਭਾਈ ਇਗਜ਼ੈਂਪਲ ਕਿੰਨੇ ਘੈਂਟ ਦੇ ਰਿਹਾ ਯਾਰ। ਸੀਰੀਅਸਲੀ ਗਾਣੇ ਆਪਾਂ ਬਹੁਤ ਸੁਣਦੇ, ਮਗਰ ਜੱਗੀ ਬਾਈ ਦੇ ਵਿੱਚ ਜਿਹੜੇ ਗਾਣਿਆਂ ਦੇ ਜਿਹੜੇ ਇਗਜ਼ੈਂਪਲ ਹੁੰਦੇ ਨਾ, ਬਹੁਤ ਘੈਂਟ ਹੁੰਦੇ। ਪੂਰਾ ਗਾਣਾ ਹੀ ਬਾਈ ਦਾ ਇਗਜ਼ੈਂਪਲ ਆ ਨਾਲ। ਹਰ ਚੀਜ਼ 'ਚੋਂ ਇੱਥੇ ਫਾਇਦਾ ਕੱਢਿਆ ਜਾਂਦਾ, ਹਰ ਚੀਜ਼ 'ਚੋਂ। ਜਿੰਨਾ ਚਿਰ ਤੁਹਾਡੇ ਨਾਲ ਮਤਲਬ ਨਾ ਹੋਵੇ, ਉਨਾ ਚਿਰ ਕੋਈ ਨਹੀਂ ਕੁੰਦਾ ਬਾਈ। ਭਾਵੇਂ ਜੋ ਮਰਜ਼ੀ ਕਹੀ ਜਾਓ, ਜਿੰਨਾ ਮਰਜ਼ੀ ਕੋਈ ਕਹੇ ਮੈਂ ਤੇਰੇ ਨਾਲ ਆ, ਮਗਰ ਉਹ ਵੀ ਬੰਦਾ ਤੁਹਾਡੇ ਨਾਲ ਫਾਇਦੇ ਕਰਕੇ ਹੀ ਨਾਲ ਹੁੰਦਾ ਵਾ।
ਹੋਰ ਨਹੀਂ ਕਿਸੇ ਨਾਲ ਬੰਦਾ ਨਾਲ ਹੁੰਦਾ, ਜਿਹੜਾ ਜਿਹੜੀ ਚੀਜ਼ ਦਾ ਤੇਰੇ ਤੋਂ ਫਾਇਦਾ ਹੋਊਗਾ ਉਸੇ ਚੀਜ਼ ਕਰਕੇ ਹੀ ਤੇਰੇ ਨਾਲ ਹੋਊਗਾ। ਸਹੀ ਗੱਲ ਜਮਾ ਸੱਚ ਯਾਰ। ਗਾਣੇ ਦੇ ਵਿੱਚ ਬਾਈ ਦੇ ਐਗਜ਼ੈਂਪਲ ਬਹੁਤ ਸੋਹਣੀਆਂ ਸੀ, ਬਾਕੀ ਇੱਕ ਇੱਕ ਮੋਟੀਵੇਸ਼ਨਲ ਜਿਹਾ ਵੀ ਕਰਦਾ ਬਾਈ ਗਾਣਿਆਂ ਦੇ ਵਿੱਚ, ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ ਯਾਰ, ਕਈ ਚੀਜ਼ਾਂ ਇੱਦਾਂ ਦੀਆਂ ਬਾਈ ਦੇ ਗਾਣਿਆਂ ਦੇ ਵਿੱਚ ਹੁੰਦੀਆਂ ਅਤੇ ਜਿਹੜੀਆਂ ਹਾਂ ਯਾਰ ਲੱਗਦੀਆਂ ਸੱਚੀ ਯਾਰ, ਆਹ ਬਾਈ ਦੀ ਗੱਲ ਘੈਂਟ ਕਹਿ ਗਿਆ। ਉਹ ਚੀਜ਼ਾਂ ਦੇਖ ਕੇ ਜੱਗੀ ਬਾਈ ਦੇ ਗਾਣਿਆਂ 'ਤੇ ਰਿਐਕਸ਼ਨ ਕਰਨ ਨੂੰ ਬਹੁਤ ਜੀ ਕਰਦਾ। ਮੇਰੇ ਕਹਿੰਦੇ ਸੀਰੀਅਸਲੀ ਐਸ ਕਿ ਬਹੁਤ ਲੇਟ ਹੋ ਗਿਆ ਨਹੀਂ, ਜੱਗੀ ਬਾਈ ਦੀ ਐਲਬਮ ਬਾਈ ਹੋਵੇ ਜਾਂ ਕੋਈ ਗਾਣਾ ਆਉਂਦਾ ਆਪਾਂ ਤੁਰੰਤ ਰਿਐਕਸ਼ਨ ਕਰਦੇ ਹਾਂ, ਬਹੁਤ ਘੈਂਟ ਲੱਗਾ। ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ, ਰਿਐਕਸ਼ਨ ਵਧੀਆ ਲੱਗਾ ਤਾਂ ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ। ਮਿਲਦੇ ਜਲਦੀ ਨੈਕਸਟ ਵੀਡੀਓ, ਸਤਿ ਸ਼੍ਰੀ ਅਕਾਲ, ਬਾਏ ਬਾਏ।